ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਵੀਰ ਸਿੰਘ ਅੱਜ ਨਵੀਂ ਵੀਡੀਓ ਲੈ ਕੇ ਆ ਗਿਆ ਅਤੇ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ ਅਤੇ ਮੈਂ ਵੀ ਠੀਕ ਠਾਕ ਹਾਂ ਅਤੇ ਮੈਂ ਉਹਦਾ ਥੋੜ੍ਹਾ ਮਹੀਨਾ ਮਾੜਾ ਹੋ ਗਿਆ, ਮੈਂ G2 ਦਾ ਟੈਸਟ ਫੇਲ ਹੋ ਗਿਆ ਆਪਣਾ, ਅਤੇ ਪਰ ਕੋਈ ਚੱਕਰ ਨਹੀਂਗਾ, ਦੁਬਾਰਾ ਦੇ ਦੇਵਾਂਗੇ। ਅਤੇ ਪਰ ਮੈਂ ਤੁਹਾਨੂੰ ਥੋੜ੍ਹੀ ਟਿਪਸ ਐਂਡ ਟ੍ਰਿਕਸ ਦੱਸਣਾ ਚਾਹੁੰਦਾ, ਜੋ ਮੈਂ ਅੰਕਲ ਨਾਲ ਵੀਡੀਓ ਰਿਕਾਰਡ ਕੀਤੀ, ਉਹਨਾਂ ਨੇ ਮੈਨੂੰ ਜੋ ਜੋ ਸਿਖਾਇਆ, ਜੋ ਜੋ ਦੱਸਿਆ, ਮੈਂ ਸਭ ਕੁਝ ਤੁਹਾਡੇ ਨਾਲ ਸ਼ੇਅਰ ਕਰੂੰਗਾ। ਮੇਨ ਮੇਨ ਚੀਜ਼ਾਂ ਉਹਦਾ ਵੀਡੀਓ ਤਾਂ ਕਾਫੀ ਵੱਡੀ ਹੋ ਗਈ ਸੀ, ਮੈਂ ਕੱਟ ਕਟਾ ਕੇ ਥੋੜ੍ਹੀ ਛੋਟੀ ਕੀਤੀ ਹੈ, ਬਾਕੀ ਟਾਈਟਲ ਤੋਂ ਤੁਹਾਨੂੰ ਸਭ ਕੁਝ ਪਤਾ ਲੱਗ ਗਿਆ, ਜੋ ਜੋ ਦੱਸਣਾ ਮੈਂ ਇਸ ਵੀਡੀਓ 'ਚ ਪਤਾ ਲੱਗ ਜੂਗਾ। ਅਤੇ ਐਂਡ 'ਤੇ ਮੈਂ ਤੁਹਾਨੂੰ ਦੱਸੂਗਾ ਮੈਂ ਆਪਣਾ G2 ਦਾ ਟੈਸਟ ਫੇਲ ਕਿੱਦਾਂ ਹੋਇਆ, ਮੈਂ ਕੀ ਗਲਤੀ ਕਰ ਬੈਠਾ। ਉਸ ਟਾਈਮ ਬਹੁਤ ਸਮੂਹਦਾ ਸੀਗਾ ਅਤੇ ਹੁਣ ਤਾਂ ਮੌਸਮ ਬਾਹਲਾ ਘੈਂਟ, ਮੈਂ ਤੁਹਾਨੂੰ ਵੀਡੀਓ ਦਿਖਾਤੀ ਆ, ਅੱਜ ਤਾਂ ਵਧੀਆ ਧੁੱਪ ਨਿਕਲੀ ਆ। ਅਤੇ ਉੱਦਣ ਪੂਰੀ ਸਨੋਅ ਪਈ ਸੀ, ਉਹ ਵੀ ਇੱਕ ਰੀਜ਼ਨ ਸੀਗਾ ਮੇਰਾ ਫੇਲ ਹੋਣ ਦਾ, ਉਹ ਮੈਨੂੰ ਨਾ ਕੁਛ ਲੇਨ ਵਗੈਰਾ ਦੇਖਦੀ ਸੀ ਨਾ ਕੁਛ ਹੋਰ ਦੇਖਦਾ ਸੀਗਾ। ਅਤੇ ਚਲੋ ਚੱਲਦੇ ਆ ਜੀ ਅਗਲੀ ਵੀਡੀਓ 'ਚ, ਬਿਨਾਂ ਟਾਈਮ ਖਰਾਬ ਕੀਤੇ ਤੁਹਾਨੂੰ ਦੱਸਦਾ ਟਿਪਸ ਐਂਡ ਟ੍ਰਿਕਸ ਅਤੇ ਆਪਣਾ ਰੀਜ਼ਨ ਕੀ ਫੇਲ ਹੋਇਆ ਅਤੇ ਜੋ ਕਿ ਤੁਸੀਂ ਆਪਣੇ ਟੈਸਟ ਵਿੱਚ ਨਾ ਕਰ ਸਕੋ। ਚੱਲਦੇ ਆ ਜੀ ਅੱਗੇ। ਮੇਰਾ ਨਾਮ ਬਲਵਿੰਦਰ ਸਿੰਘ ਅਟਵਾਲ ਔਰ ਮਾਮਾ ਵੀ ਕਹਿੰਦੇ ਨੇ, ਅਤੇ ਮੈਂ ਇੱਥੇ ਬ੍ਰਹਮਟਨ ਵਿੱਚ ਡਰਾਈਵਿੰਗ ਇੰਸਟਰਕਸ਼ਨ ਦਿੰਦਾ, ਅਤੇ ਅਸੀਂ ਅੱਜ ਵੀਡੀਓ ਬਣਾਈ ਥੋੜ੍ਹੀ ਪੰਜਾਬੀ ਵਿੱਚ, ਹੁਣ ਲੋਡ ਕਰਕੇ ਤੁਹਾਡੇ ਰੋਬੋ ਕਰਨ ਲੱਗੇ ਹਾਂ। ਹੁਣ ਸਬਸਕ੍ਰਾਈਬ ਜ਼ਰੂਰ ਕਰਿਓ, ਲਾਈਕ ਕਰਿਓ, ਕਮੈਂਟ ਭੇਜਿਓ। ਥੈਂਕ ਯੂ, ਥੈਂਕਸ ਵੈਰੀ ਮੱਚ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਵੀਰ ਸਿੰਘ, ਅੱਜ ਮੈਂ ਲੈ ਕੇ ਆਇਆ ਇੱਕ ਡਰਾਈਵਿੰਗ ਟੈਸਟ ਲੈਸਨ ਦੀ ਵੀਡੀਓ। ਮੈਨੂੰ ਮੇਰੇ ਫਰੈਂਡ ਨੇ ਰੈਫਰੈਂਸ ਦਿੱਤੀ ਆ ਬਾਬਾ ਜੀ ਕਿ ਬਹੁਤ ਵਧੀਆ ਜਿੱਦਾਂ ਡਰਾਈਵਿੰਗ ਦੀ ਲੈਸਨ ਟ੍ਰੇਨਿੰਗ ਦਿੰਦੇ ਆ, ਬਹੁਤ ਵਧੀਆ, ਇਕੱਲੀ ਇਕੱਲੀ ਜਿੱਦਾਂ ਨਿਊ ਜਿਹੜੇ ਵੀ ਰੂਲ ਆਏ ਆ ਸਭ ਦੱਸਦੇ ਆ, ਅਤੇ ਨਾਲ ਗੱਡੀ ਲੈ ਕੇ ਜਾਣ ਦੀ ਵੀ ਆਪਸ਼ਨ ਆ ਜੇ ਤੁਸੀਂ ਕਰਨਾ ਹੋਵੇ। ਤਾਂ ਮੈਂ ਤੁਹਾਨੂੰ ਆਪਣੀ ਡਿਸਕ੍ਰਿਪਸ਼ਨ ਵਿੱਚ ਨੰਬਰ ਦੇ ਦੂੰਗਾ ਇਹਨਾਂ ਦਾ, ਇਹਨਾਂ ਦਾ ਨਾਮ ਵਗੈਰਾ ਚਲੋ ਇਹਨਾਂ ਨੇ ਦੱਸਤਾ, ਅਤੇ ਤੁਸੀਂ ਇਹਨਾਂ ਨੂੰ ਜੋ ਵੀ ਫੋਨ ਕਰਕੇ ਬ੍ਰੈਂਪਟਨ ਮਿਸੀ ਅਗਰ ਜਿੱਥੇ ਵੀ ਓਨਟਾਰੀਓ ਵਿੱਚ ਰਹਿੰਦੇ ਹੋ ਕਾਲ ਕਰਕੇ ਬੁਲਾ ਸਕਦੇ ਹੋ। ਅਤੇ ਬਹੁਤ ਵਧੀਆ ਆ ਜਿਹੜਾ, ਮੈਨੂੰ ਤਾਂ ਬਹੁਤ ਵਧੀਆ ਲੱਗਾ। ਅਤੇ ਬਾਕੀ ਹੁਣ ਟੈਸਟ ਦੇਣ ਜਾਣਾ ਕੱਲ੍ਹ, ਉਹ ਵੀ ਦੱਸਾਂਗੇ ਤੁਹਾਨੂੰ ਵੀਡੀਓ ਵਿੱਚ, ਅਤੇ ਉਹ ਸਾਰਾ ਪਾ ਕੇ ਤੁਹਾਨੂੰ ਐਂਡ 'ਤੇ ਵੀਡੀਓ ਪਾ ਕੇ ਦੇਖ ਲਿਓ ਕਿੱਦਾਂ ਸਾਰਾ ਹੁੰਦਾ ਰਿਜ਼ਲਟ। ਅਤੇ ਬਾਕੀ ਚਲੋ ਮਿਲਦੇ ਆ ਜੀ ਅੱਗੇ ਆ ਕੇ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਲੈਫਟ ਹੈਂਡ ਕਰਨੀ ਹੈ ਨਾ, ਲੈਫਟ ਦਾ ਸਿੰਗਲ ਦੇ ਸ਼ੀਸ਼ਾ ਦੇਖ ਲਿਆ, ਰਾਈਟ ਅਤੇ ਲੈਫਟ ਦੋਨੇ ਪਾਸੇ ਤੋਂ ਗੱਡੀਆਂ ਦੇਖ ਆਉਂਦੀਆਂ ਹੁੰਦਾ, ਹੁਣ ਉਦੋਂ ਜਾਣਾ ਤੂੰ। ਚਿੱਟੇ ਸਾਈਨ ਦੇ ਵਿੱਚ ਸਕੂਲ ਜੋਨ ਦੇ ਵਿੱਚ ਬਿਲਕੁਲ ਸਪੀਡ ਓਵਰ ਨਹੀਂ ਕਰਨੀ, ਔਰੇਂਜ ਦੇ ਵਿੱਚ ਨਹੀਂ ਕਰਨੀ, ਜੈਲੋ ਸਭ ਜਿਹੜਾ ਸਾਈਨ ਹੁੰਦਾ ਸਪੀਡ ਦਾ ਉਹਦੇ ਵਿੱਚ ਤੁਸੀਂ ਓਵਰ ਕਰ ਸਕਦੇ ਹੋ, ਅਤੇ ਆਪਸ਼ਨ ਹੁੰਦੀ ਆਪਣੇ ਕੋਲ ਮਿਨੀਮਮ ਸਾਈਨ ਕਿਉਂ ਹੁੰਦੇ ਆ। ਓਕੇ ਜੀ, ਇੱਥੋਂ ਆਪਾਂ ਰਾਈਟ ਮੁੜ ਜਾਣਾ ਆ ਲਾਈਟਾਂ ਤੋਂ, ਅੱਗੇ ਇੱਕ ਪੈਡਸਟ੍ਰੀਅਨ ਆ ਰਿਹਾ, ਉਹਨੂੰ ਦੇਖੋ, ਦੇਖ ਕੇ ਤੇ ਚੱਲੋ ਹੈਂ। ਅਤੇ ਜਦੋਂ ਵੀ ਰੁਕਣਾ ਸਿਗਨਲ ਦੇਣਾ, ਰੁਕਣਾ ਗੱਡੀ ਦੇ ਮਗਰ, ਆਹ ਸ਼ੀਸ਼ਾ ਜ਼ਰੂਰ ਵੇਖਣਾ ਸੈਂਟਰ ਵਾਲਾ, ਕਿਤੇ ਮਗਰ ਕੌਣ ਰੁਕਦਾ, ਆਪਾਂ ਇੱਧਰ ਨੂੰ ਬਸ ਆਪਣੇ ਕੋਲ ਜੇ ਟਾਈਟ ਹੋਵੇ ਜਗ੍ਹਾ ਆਪਾਂ ਜਾ ਨਹੀਂ ਸਕਦੇ। ਹਾਂ, ਇਸ ਕਰਕੇ ਐਗਜ਼ਾਮੀਨਰ ਆਪਾਂ ਨੂੰ ਪਾਸ ਨਹੀਂ ਕਰਦਾ ਜੇ ਜਗ੍ਹਾ ਖੁੱਲ੍ਹੀ ਡੁੱਲੀ ਨਾ ਹੋਵੇ। ਹਾਂ, ਜਦੋਂ ਵੀ ਤੂੰ ਮੁੜਨਾ ਆ ਤਿੰਨ ਚੀਜ਼ਾਂ ਦਾ ਖਿਆਲ ਰੱਖਣਾ, ਰਾਈਟ, ਇੱਕ ਤਾਂ ਸ਼ੀਸ਼ਾ ਦੇਖਿਆ, ਸਿਗਨਲ ਚੱਲ ਤੇਰਾ ਚੱਲ ਰਿਹਾ, ਇੱਧਰ ਰਾਈਟ ਬਣੇ ਸਕੈਨ ਵੀ ਕਰਨਾ, ਮੁਰੋਂ ਨਹੀਂ ਆ ਰਿਹਾ ਕੋਈ, ਪਿੱਛੋਂ ਨਹੀਂ ਆ ਰਿਹਾ, ਇੱਥੋਂ ਰਾਈਟ ਕਰਨਾ ਹੈ, ਇੱਥੋਂ ਰਾਈਟ ਮੁੜ ਜਾਇਓ। ਹੈਂ, ਠੀਕ ਹੈ। ਜਦੋਂ ਮੁੜ ਜਾਣਾ ਰਾਈਟ, ਫਿਰ ਤੂੰ ਤਿੰਨ ਚੀਜ਼ਾਂ ਦੇਖਣੀਆਂ ਆ, ਤੇਰੀ ਲਾਈਨ ਬੰਦ ਤਾਂ ਨਹੀਂ ਹੁੰਦੀ, ਤੇਰੀ ਲਾਈਨ ਇਕੱਲੀ ਰਾਈਟ ਤਾਂ ਨਹੀਂ ਮੁੜ ਰਹੀ, ਤੇਰੀ ਲਾਈਨ ਕਿਤੇ ਵਿੱਚ ਕੋਈ ਬੰਦਾ ਤਾਂ ਨਹੀਂ ਖੜਾ, ਜਾਂ ਕੋਈ ਐਮਰਜੈਂਸੀ ਵਹੀਕਲ ਤਾਂ ਨਹੀਂ ਖੜਾ, ਤਾਂ ਹੀ ਤੁਸੀਂ ਲੈਫਟ ਨੂੰ ਲਾਈਨ ਚੇਂਜ ਕਰਨੀ, ਨਹੀਂ ਤਾਂ ਲਾਈਨ ਨਹੀਂ ਚੇਂਜ ਕਰਨੀ, ਆਪਣੀ ਉਸੇ ਲਾਈਨ ਵਿੱਚ ਹੀ ਰਹਿਣਾ ਆ। ਇਹਨਾਂ ਲਾਈਟਾਂ ਤੋਂ ਅਸੀਂ ਲੈਫਟ ਮੁੜ ਜਾਣਾ ਆ, ਇਹਨਾਂ ਲਾਈਟਾਂ 'ਚ ਦੇਖੋ ਕਿੰਨੇ ਖਾਨੇ ਬਣੇ ਆ, ਚਾਰ ਖਾਨੇ ਬਣੇ ਆ ਨਾ, ਤਿੰਨ ਤਰ੍ਹਾਂ ਦੇ ਐਰੋ ਆਉਂਦੇ ਆ ਆਪਾਂ ਨੂੰ, ਇੱਕ ਆਉਂਦਾ ਰੈਡ ਲਾਈਟ ਦੇ ਵਿੱਚ, ਗ੍ਰੀਨ ਐਰੋ ਆਉਂਦਾ ਆ ਜੇ ਕੋਈ ਵਿੱਚ ਵੜ ਗਏ ਅਸੀਂ ਵਿੱਚ ਰੁਕਣਾ ਨਹੀਂ, ਰੁਕਣਾ ਨਹੀਂ। ਨੰਬਰ 2 ਗ੍ਰੀਨ ਲਾਈਟ ਦੇ ਵਿੱਚ ਗ੍ਰੀਨ ਐਰੋ ਆਉਂਦਾ ਜਦੋਂ ਜੈਲੋ ਹੋ ਜਾਵੇ, ਜੇ ਅਸੀਂ ਸਟੇਅਰਿੰਗ ਨਹੀਂ ਕੱਟਿਆ ਲੈਫਟ ਨੂੰ ਅੰਦਰ ਜਾ ਕੇ, ਸਿੱਧਾ ਹੀ ਸਟੇਅਰਿੰਗ ਹੈ ਜੇ, ਸਾਨੂੰ ਰੁਕਣਾ ਚਾਹੀਦਾ। ਤਿੰਨ ਤਰ੍ਹਾਂ ਦੇ ਸਪੀਡ ਸਾਈਨ ਆਉਂਦੇ ਆ, ਤਿੰਨ ਚੀਜ਼ਾਂ ਡਰਾਈਵਿੰਗ 'ਚ ਬੜੀਆਂ ਮਾੜੀਆਂ ਆਉਂਦੀਆਂ, ਜਿਵੇਂ ਫਾਲੋ ਟੂ ਕਲੋਜ਼ ਦਾ ਮਤਲਬ ਕਿਸੇ ਨੂੰ ਟੈਲੀਗੇਟ ਨਹੀਂ ਕਰਨਾ, ਕਿਸੇ ਦੇ ਕਲੋਜ਼ ਗੱਡੀ ਨਹੀਂ ਚਲਾਉਣੀ, ਜਿੰਨੀ ਕੁ ਸਪੀਡ ਹੈਗੀ ਆ ਉਹਨੂੰ ਮੇਨਟੇਨ ਰੱਖੋ, 3 ਸੈਕਿੰਡ ਪਿੱਛੇ ਰਹਿਣਾ ਹੁੰਦਾ ਆ। ਜਿੱਦਾਂ 50 ਕਿਲੋਮੀਟਰ ਜਾਂਦੇ ਹਾਂ, 5 ਗੱਡੀਆਂ ਦਾ ਫਰਕ ਵਿਚਾਲੇ ਆਪਣੀ ਗੱਡੀ ਅਤੇ ਦੂਜੀ ਗੱਡੀ ਵਿਚਾਲੇ ਚਾਹੀਦਾ, ਸਪੀਡ ਘਟਾ ਸਕਦੇ ਹਾਂ ਅਸੀਂ ਪਰ ਸਪੇਸ ਨਹੀਂ ਘਟਾ ਸਕਦੇ। ਨੰਬਰ 2 ਸਟੋਪ ਟੂ ਕਲੋਸ ਨਹੀਂ ਕਰਨਾ ਕਿਸੇ ਗੱਡੀ ਦੇ। ਨੰਬਰ 3 ਪਾਸ ਟੂ ਕਲੋਸ ਨਹੀਂ ਕਰਨਾ,
कई बार तुम गल करते रहने हो कनेडा के डबल जो बड़े हो डबल जो तीन चीजा चल दी वैदर वूमेन वर्क का विश्वास नहीं करना राइट इस तरह ड्राइविंग तीन चीजा बड़ी माड़िया ने स्टॉप टू क्लोज फॉलो टू क्लोज पास टू क्लोज पंजाबी गड्डी नेड़े नहीं चलानी गड्डी स्पेस रख के चलानी है 3 सैकंड का स्पेस 3 सैकंड का स्पेस रखना चाहिए गड्डी का नंबर टू गड्डी स्टॉप टू क्लोज नहीं करना गड्डी मोहले टायर्स नहीं चाहिए जो गड्डी रोकनी है घट्टो घट बंपर नंबर थ्री गड्डी को रोड से खड़ी है उतो 5-6 फुट दूर रहना इन केस वो कोई अपनी विंडो खोल लवे डोर खोल लवे तो डोर खोल दे तो ताडे विच गड्डी वज्जे ना अगला कई बार देख लेना विंडो विच माड़ा मोटा नहीं होता कई बार नहीं दी उतो बचना ही चंगा है उतो 5-6 फुट दूर रहना नहीं तो एग्जामिनर पास नहीं करना राइट साइड से आ जाओ लेन चेंज करने वास्ते भी तुम्हें तीन चीजा देखनी है शीशा देखो पिछे देखो घूम के देखो तो राइट साइड से आ जाओ तीन चीजा देखनी है जो लेन चेंज करनी है पहला शीशे देखो जो राइट बंदे जाना सेंटर शीशा राइट शीशा नंबर टू सिग्नल दे दो नंबर थ्री उठ के देखना जिहड़ी साइड नूं जा रहे हैं जे तुम नहीं देखते तुहानूं एग्जामिनर पास नहीं करता उठ के जरूर देखना है ओवर द शोल्डर देखना है येलो गड्डी दे शीशे थले आ जान तां तुहाडी गड्डी लग जांदी परफेक्ट आहो परफेक्ट लग जांदी इन्नी गल है जी चेता नहीं भुल देना सस नहीं रहूगा सस का चेता भुल जाना तेन देने लगे मैं एक बार ही कटवाना है राइट का सिग्नल 45 एंगल देन ट्वाइस अदर साइड ओके जी इधर पासे मुड़ना उधर पासे ब्लाइंड स्पॉट कहते हैं तो ऊपर का शोल्डर देखने की कोशिश करो पूरा उधर साइड देखो नहीं तो 4 नंबर कट जाएगा मेरा अच्छा ये तो शीशे देखना है कि मुड़के देखना मुड़के देखना हाँ चलिए चलो स्ट्रीट लंघ ही गई ना उन्हें तेरे डायमंड प्लेट से नंबर पाए वो चक्की है ना दी ना ਜਦੋਂ ਪੈਦਲ ਪਾਰਕ ਲਾਉਣੀ ਨਾ ਕਿਸੇ ਡਰਾਈਵਰ ਦੇ ਮੂਹਰੇ ਹੀ ਲੱਗਣੀ ਆ ਅਸਲ ਮੂਹਰੇ ਲੱਗਣੀ ਆ ਮੂਹਰੇ ਹੀ ਲੱਗਣੀ ਆ ਤਾਂ ਡਰਨਾ ਨਹੀਂ ਗੱਡੀ ਪਿੱਛੇ ਲੈ ਕੇ ਨਹੀਂ ਜਾਣੀ ਜਿੱਥੇ ਕਰਬ ਹੋਵੇ ਉੱਥੇ ਨਹੀਂ ਲੈ ਕੇ ਜਾਣੀ ਓਕੇ ਗੱਡੀ ਇੱਧਰ ਲਾਉਣੀ ਚਾਹੀਦੀ ਹੈ ਉਹਦੇ ਡਰਾਈਵਰ ਦੇ ਵਿੱਚ ਲੱਗਣੀ ਆ ਪਰ ਉਹ ਗੱਡੀ ਲਾਉਣ ਤੋਂ ਪਹਿਲਾਂ ਦੇਖ ਲੈਣਾ ਗੱਡੀ ਚੱਲਦੀ ਤਾਂ ਨਹੀਂ ਖੜੀ ਹਾਂਜੀ ਨਹੀਂ ਤਾਂ ਉਹਨੇ ਵਾਪਸ ਆਉਣਾ ਆਹੋ ਨਹੀਂ ਤਾਂ ਉਹਦਾ ਡਰਾਈਵਰ ਬਲੌਕ ਨਹੀਂ ਉਹਦਾ ਬਲੌਕ ਹੋ ਜਾਣਾ ਲੈਫਟ ਸਾਈਡ ਤੇ ਦੇਖ ਲੈਣਾ ਗੱਡੀ ਚੱਲਦੀ ਤਾਂ ਨਹੀਂ ਖੜੀ ਲਾਉਣ ਤੋਂ ਪਹਿਲਾਂ ਤੁਸੀਂ ਕਾਹਲੀ ਕਦੇ ਵੀ ਨਹੀਂ ਕਰਨੀ ਹੈਗੀ ਤਿੰਨ ਚੀਜ਼ਾਂ ਰੁਕਣ ਵਾਸਤੇ ਇੱਥੇ ਆਉਂਦੀਆਂ ਲਾਈਨਾਂ ਤੋਂ ਪਹਿਲਾਂ ਰੁਕੋ ਜੇ ਲਾਈਨਾਂ ਨਹੀਂ ਹੈਗੀਆਂ ਸਾਈਡ ਵਾਕ ਤੋਂ ਪਹਿਲਾਂ ਰੁਕੋ ਸਾਈਡ ਵਾਕ ਨਹੀਂ ਹੈਗੀ ਫਿਰ ਆ ਕੇ ਖੁੰਝੇ ਜਾ ਕੇ ਰੁਕੋ ਜਿੱਥੋਂ ਆਪਾਂ ਰੋਡ 'ਚ ਆਪਾਂ ਨੂੰ ਪੂਰਾ ਦਿਸਣ ਲੱਗ ਜਾਂਦਾ ਠੀਕ ਹੁਣ ਆਈ ਜਾਂਦੀਆਂ ਗੱਡੀਆਂ ਵੇਟ ਕਰੀ ਜਾਂਦੀਆਂ ਗੱਡੀਆਂ ਆਈ ਜਾਂਦੀਆਂ ਨੇ ਵੇਟ ਕਰੀ ਚੱਲੋ ਕੋਈ ਵਾਰ ਨਹੀਂ ਪੈਂਦਾ ਇਸ ਗੱਡੀ ਤੋਂ ਬਾਅਦ ਤੁਸੀਂ ਜਾ ਸਕਦੇ ਹੋ ਅਤੇ ਇੱਧਰ ਦੇਖੋ ਘੁੰਮ ਕੇ ਚਲੋ ਮੁੜ ਜਾਓ ਉੱਧਰੋਂ ਬੰਦਾ ਖੜ੍ਹਾ ਆ ਉਹਨੇ ਆਉਣਾ ਹੋਵੇ ਤਾਂ ਫਿਰ ਤੁਹਾਨੂੰ ਇੱਥੇ ਫੇਲ ਹੋ ਜਾਂਦਾ ਇਸ ਕਰਕੇ ਰਾਈਟ ਜੇ ਉਹਨੇ ਆਉਣਾ ਹੋਵੇ ਫੇ ਹੁਣ ਤਾਂ ਆਉਣਾ ਹੀ ਸੀਗਾ ਹੈ ਕਿ ਨਹੀਂ ਅੱਛਾ ਅੱਛਾ ਉਹਨੂੰ ਜਾਣ ਦੇਣਾ ਸੀ ਹਾਂ ਫੇਲ ਹੋ ਗਿਆ ਤੁਸੀਂ ਇੱਥੇ ਅੱਛਾ ਚਲੋ ਇੱਥੇ ਫੇਲ ਹੋ ਜਾਂਦੇ
ਇਸ ਕਰਕੇ ਇਹ ਚੀਜ਼ਾਂ ਦਾ ਖਿਆਲ ਰੱਖਣਾ ਹੈ। ਪੈਡਸੀਨ ਨੂੰ ਸਭ ਤੋਂ ਪਹਿਲ ਦੇਣੀ ਪਹਿਲਾਂ। ਓਕੇ ਜੀ, ਆ ਤੁਸੀਂ ਦੇਖਿਆ ਸਾਰੀਆਂ ਟਿਪਸ ਐਂਡ ਟ੍ਰਿਕਸ ਤੇ ਆ ਜਿਹੜੀ ਮੈਂ ਅੱਜ ਵੀਡੀਓ ਬਣਾਉਣ ਲੱਗਾ ਇਹ ਥੋੜ੍ਹਾ ਹਫ਼ਤਾ ਕੁ ਬਾਅਦ 'ਚ ਬਣਾਈ ਆ, ਉੱਦਾਂ ਮੈਂ ਹਫ਼ਤਾ ਹੋ ਚੁੱਕਾ ਟੈਸਟ ਹੋਏ ਨੂੰ, ਤਾਂ ਕਰਕੇ ਇਹ ਹੋਣ ਵਾਲੀ ਵੀਡੀਓ ਆ। ਅਤੇ ਹੁਣ ਮੈਂ ਇੱਥੇ ਬੈਠ ਕੇ ਮੈਂ ਕਿਹਾ ਚਲੋ ਸਾਰਾ ਦੱਸ ਦਿੰਦਾ। ਅੱਗੇ ਮੈਂ ਸਿਰਫ ਗੱਡੀ 'ਚ ਬੈਠ ਕੇ ਰਿਕਾਰਡ ਕੀਤੀ ਸੀ, ਮੈਂ ਐਕਸਪਲੇਨੇਸ਼ਨ ਨਹੀਂ ਕੀਤੀ ਸੀ ਕੀ ਸਾਰਾ ਹੋਇਆ, ਅਤੇ ਫਿਰ ਉਹ ਹੁਣ ਕਰਕੇ ਅਤੇ ਬਾਕੀ ਆ ਹੀ ਕੁਛ ਹੋਇਆ ਸੀ। ਅਤੇ ਬਾਕੀ ਮੈਂ ਫਿਰ ਦੱਸਦਾ ਮੈਂ ਕਿੱਦਾਂ ਹੋਇਆ। ਮੈਂ ਆਪਣੀ ਜੋ ਟੈਸਟ ਦੇਣ ਲੱਗਾ ਮੇਰਾ ਸਾਰਾ ਬਹੁਤ ਵਧੀਆ ਚੱਲਦਾ ਪਿਆ ਸੀਗਾ, ਜਿੱਦਾਂ ਸਾਰੇ ਸਾਈਨ ਵਗੈਰਾ ਪੂਰੇ ਫੋਲੋ ਹੋਏ ਸੀ, ਸਭ ਵਧੀਆ ਹੋ ਗਿਆ ਸੀ। ਅਤੇ ਬਸ ਇੱਕ ਰੀਜ਼ਨ ਮੇਰਾ ਹੋਇਆ ਜੋ ਮੈਂ ਰਿਵਰਸ ਪਾਰਕਿੰਗ ਲਾਉਣ ਲੱਗਾ ਅਤੇ ਪਿੱਛੇ ਸਨੋਅ ਬਹੁਤ ਪਈ ਹੋਈ ਸੀਗੀ, ਅਤੇ ਜਦੋਂ ਮੈਂ ਬੈਕ ਕਰਨ ਲੱਗਾ ਮੈਨੂੰ ਸ਼ੀਸ਼ੇ ਵਿੱਚ ਕੋਈ ਨਾ ਲੈ ਦਿੰਦੀ ਸੀ ਅਤੇ ਨਾ ਮੈਨੂੰ ਫੁੱਟਪਾਥ ਦਾ ਕੁਛ ਦਿਸਿਆ, ਚੜ੍ਹਾਈ ਚੜ੍ਹੀ ਜਿੱਦਾਂ, ਅਤੇ ਮੈਂ ਗੱਡੀ ਉਦੋਂ ਥੋੜ੍ਹੀ ਉਹਦੇ ਉੱਪਰ ਚੜ੍ਹਾਤੀ ਸੀਗੀ। ਮੇਰਾ ਪਹਿਲਾ ਰੀਜ਼ਨ ਨਾ ਹੋ ਗਿਆ, ਮੇਰੇ ਤੋਂ ਗਲਤੀ ਹੋ ਗਈ, ਅਤੇ ਕਿਉਂਕਿ ਸਨੋਅ ਵਿੱਚ ਕੁਛ ਦਿਖਦਾ ਨਹੀਂ ਸੀ। ਦੂਜੀ ਗਲਤੀ ਮੇਰੀ ਹੋਈ ਕਿ ਮੈਂ ਮੇਰੇ ਲਾਗ ਨਾਲ ਜਦੋਂ ਮੈਂ ਰੋਡ ਕ੍ਰੋਸ ਕਰਨ ਲੱਗਾ ਸੀਗਾ ਅਤੇ ਉਦੋਂ ਆਸੇ ਪਾਸੇ ਸਾਰਾ ਰੋਡ ਖਾਲੀ ਸੀਗਾ, ਪਰ ਮੇਰੇ ਨਾਲ ਦੇ ਘਰ ਵਿੱਚ ਉਦੋਂ ਗੱਡੀ ਬਾਹਰ ਆ ਗਈ, ਅਤੇ ਉਦੋਂ ਜੋ ਮੈਂ ਪਹਿਲਾਂ ਰੋਡ ਚੈੱਕ ਕਰ ਲਿਆ ਤਾਂ ਕੋਈ ਹੈ ਨਹੀਂ ਸੀ, ਜੋ ਮੈਂ ਕ੍ਰੋਸ ਕਰਨ ਲੱਗਾ ਥੋੜ੍ਹੇ ਕੁ ਸਕਿੰਟ ਬਾਅਦ ਹੀ, ਮੈਂ ਖੱਬੇ ਪਾਸੇ ਉਦੋਂ ਦੇਖਿਆ ਨਹੀਂ ਸੀ ਦੁਬਾਰਾ, ਉਹ ਵੀ ਮੇਰੀ ਗਲਤੀ ਸੀਗੀ। ਅਤੇ ਉਦੋਂ ਉੱਧਰੋਂ ਗੱਡੀ ਆ ਗਈ ਘਰ ਵਿੱਚੋਂ ਬਾਹਰ, ਜਿੱਦਾਂ ਚਲੋ ਕਿਸਮਤ ਹੀ ਕਹਿ ਲਓ, ਉਦਾਂ ਸੀ ਉਸ ਟਾਈਮ ਬੈਡ ਲੱਗੀ ਸੀ, ਅਤੇ ਉਹ ਗੱਡੀ ਆ ਗਈ ਸਾਹਮਣੇ, ਅਤੇ ਉਹ ਮੇਰੇ ਨਾਲ ਦੇ ਜਿਹੜਾ ਮੇਰਾ ਟੈਸਟ ਲੈਣ ਡਿਆ ਸੀ ਉਹਨੇ ਮੇਰੀ ਗੱਡੀ ਰੋਕਤੀ, ਕਹਿੰਦਾ ਰੋਕ ਇੱਥੇ ਗੱਡੀ, ਕਹਿੰਦਾ ਤੂੰ ਚਲਾ ਨਹੀਂ ਸਕਦਾ, ਕਹਿੰਦਾ ਜੇ ਤੂੰ ਹੁਣੇ ਚਲਾ ਦਿੰਦਾ ਦੋ ਤਿੰਨ ਸਕਿੰਟ ਤੱਕ ਆਪਣਾ ਹੁਣੇ ਐਕਸੀਡੈਂਟ ਹੋ ਜਾਣਾ ਸੀਗਾ, ਇੱਦਾਂ ਉਹ ਜ਼ਿਆਦਾ ਹੀ ਘਬਰਾ ਗਿਆ, ਤੁਹਾਨੂੰ ਪਤਾ ਗੋਰਿਆਂ ਦਾ ਥੋੜ੍ਹਾ ਹਿਸਾਬ ਇੱਦਾਂ ਹੁੰਦਾ। ਤਾਂ ਫਿਰ ਇਹ ਹੋ ਗਿਆ ਰੀਜ਼ਨ, ਅਤੇ ਉਹ ਕਹਿੰਦਾ ਹੁਣ ਇਹ ਤਾਂ ਸਭ ਤੋਂ ਕਹਿੰਦਾ ਕ੍ਰਿਟੀਕਲ ਤੂੰ ਕਰਤਾ ਆਪਣਾ ਮਿਸਟੇਕ, ਜਿਹਦੇ ਕਰਕੇ ਆਪਣਾ ਐਕਸੀਡੈਂਟ ਹੋ ਸਕਦੀ, ਇਸ ਕਰਕੇ ਫਿਰ ਬਾਅਦ 'ਚੋਂ ਇਹੀ ਰੀਜ਼ਨ ਉਹਨੇ ਦੱਸਿਆ ਜੋ ਮੈਂ ਟੈਸਟ ਪੂਰਾ ਦੇ ਦਿੱਤਾ। ਕਹਿੰਦਾ ਤੂੰ ਉਹਨੇ ਸਭ ਤੋਂ ਪਹਿਲਾਂ ਅਨਫੋਰਚੁਨੇਟਲੀ ਕਹਿਤਾ, ਮਤਲਬ ਬੈਡ ਨਿਊਜ਼ ਹੀ ਆ ਕਹਿੰਦਾ ਤੇਰੇ ਲਈ, ਅਤੇ ਮੈਨੂੰ ਉੱਥੇ ਪਤਾ ਲੱਗ ਗਿਆ ਕਿ ਮੈਂ ਫੇਲ ਹੋ ਗਿਆ। ਅਤੇ ਮੇਰੇ ਆਹੀ ਦੋ ਰੀਜ਼ਨ ਸੀਗੇ, ਸਿਰਫ ਇੱਕ ਮੈਂ ਗੱਡੀ ਉੱਪਰ ਚੜ੍ਹਾ ਤੀ ਪਹਿਲਾਂ ਕਿਸੇ ਦੇ ਘਰ ਦੇ ਉਹ ਫੁੱਟਪਾਥ 'ਤੇ, ਅਤੇ ਦੂਜੀ ਗੱਲ ਹੋ ਗਈ ਮੈਂ ਆਪਣਾ ਕਾਰ ਨਹੀਂ ਦੇਖੀ। ਆਹ ਮੇਰੇ ਦੋ ਰੀਜ਼ਨ ਸੀ ਫੇਲ ਹੋਣ ਦੇ, ਅਤੇ ਬਾਕੀ ਆਹੀ ਅੱਜ ਬਸ ਰੀਜ਼ਨ ਉਹ ਜਿਸ ਕਰਕੇ ਮੈਂ ਫੇਲ ਹੋ ਗਿਆ। ਅਤੇ ਬਾਕੀ ਆਹ ਜਿਹੜੇ ਬਾਬਾ ਜੀ ਸੀਗੇ ਬਹੁਤ ਜ਼ਿਆਦਾ ਟਾਈਮ ਤੋਂ ਇਹਨਾਂ ਨੂੰ ਐਕਸਪੀਰੀਅੰਸ ਆ, ਮੇਰੇ ਖਿਆਲ 15-16 ਸਾਲਾਂ ਤੋਂ ਗੱਡੀ ਸਿਖਾਉਂਦੇ ਪਏ ਲੋਕਾਂ ਨੂੰ। ਅਤੇ ਮੈਂ ਇੱਦਾਂ ਕਰਦਾ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਇਹਨਾਂ ਦਾ ਨੰਬਰ ਵਗੈਰਾ ਦੇ ਦੂੰਗਾ, ਜੇ ਤੁਸੀਂ ਕਲਾਸਾਂ ਲੈਣੀ ਹੁਣ ਲੈ ਸਕਦੇ ਹੋ। ਮੈਂ ਕਲਾਸਾਂ ਤੋਂ ਮਾਰ ਨਹੀਂ ਖਾਧੀ, ਮੈਂ ਬਸ ਆਪਣੀ ਗਲਤੀ ਕਰਕੇ ਮਾਰ ਖਾ ਲਈ, ਜਿਹਦੇ ਕਰਕੇ ਫੇਲ ਹੋ ਗਿਆ। ਬਾਕੀ ਇਹਨਾਂ ਦੀ ਕੋਈ ਗਲਤੀ ਨਹੀਂ, ਇਹਨਾਂ ਨੇ ਤਾਂ ਬਹੁਤ ਵਧੀਆ ਸਾਰਾ ਕੀਤਾ ਸੀਗਾ। ਅਤੇ ਬਾਕੀ ਮੈਂ ਤੁਹਾਨੂੰ ਇਹਨਾਂ ਦਾ ਨਾਮ ਵਗੈਰਾ ਤੋਂ ਸਭ ਦੱਸਤਾ ਵੀਡੀਓ 'ਚ, ਨੰਬਰ ਮੈਂ ਇਹਦਾ ਡਿਸਕ੍ਰਿਪਸ਼ਨ 'ਚ ਪਾ ਦੂੰਗਾ ਇਹਨਾਂ ਦਾ, ਅਤੇ ਜੇ ਕਾਲ ਕੂਲ ਕਰਨੀ ਤਾਂ ਕਰ ਲਿਓ, ਗੱਡੀ ਗੁੱਡੀ ਲੈ ਜਾ ਕੇ ਜਾਣ ਦੇ ਦਿੰਦੇ ਆ। ਮਿਲਦੇ ਹਾਂ ਜੀ ਅਗਲੀ ਵੀਡੀਓ, ਧੰਨਵਾਦ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ।